ਬਠਿੰਡਾ ਦੇ ਪਿੰਡ ਮਹਿਤਾ ਵਿਖੇ ਇੱਕ ਪਰਿਵਾਰਕ ਝਗੜੇ ਦੌਰਾਨ ਬਜ਼ੁਰਗ ਹਰਦਿਆਲ ਸਿੰਘ ਦੀ ਮੌਤ। ਮ੍ਰਿਤਕ ਦੇ ਬੇਟੇ ਦੇ ਅਨੁਸਾਰ ਉਹਨਾਂ ਦਾ ਆਪਣੇ ਚਾਚਾ ਨਾਲ ਖੇਤ ਵਿੱਚ ਲੱਗੀ ਮੋਟਰ ਨੂੰ ਲੈ ਕੇ ਕੋਟ ਕੇ ਚੱਲ ਰਿਹਾ ਸੀ। ਇਸ ਦੌਰਾਨ ਉਹਦੇ ਚਾਚੇ ਵੱਲੋਂ ਮੋਟਰ ਦਾ ਸਮਾਨ ਹਟਾ ਲਿਆ। ਜਦੋਂ ਅਸੀਂ ਉਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਮੇਰੇ ਪਿਤਾ ਨੂੰ ਧੱਕਾ ਮਾਰਿਆ, ਜਿਸ ਕਾਰਨ ਮੇਰੇ ਪਿਤਾ ਜ਼ਮੀਨ 'ਤੇ ਡਿੱਗ ਪਏ ਅਤੇ ਉਸ ਦੀ ਮੌਤ ਹੋ ਗਈ। ਮੇਰਾ ਨਾਂ ਸੁਰਿੰਦਰਪਾਲ ਸਿੰਘ, ਸਨ ਆਫ ਹਰਦਿਆਲ ਸਿੰਘ। ਕੀ ਹੋਇਆ ਜੀ? ਮੇਰੇ ਚਾਚੇ ਤਾਂ ਸਾਡਾ ਰੌਲਾ ਚੱਲਦਾ ਸੀ ਜੀ ਮੋਟਰ ਦੀ ਸਟੇਅ ਦਾ, ਉਹਨੇ ਰਾਤ ਸਾਡਾ ਮੋਟਰ ਦਾ ਸਮਾਨ ਲੈ ਲਿਆ ਜੀ। ਅਸੀਂ ਫਿਰ ਸਵੇਰੇ ਜਾ ਕੇ ਵਕੀਲ ਨੂੰ ਪੁੱਛਿਆ ਵੀ ਸਟੇਅ ਉਹਨਾਂ ਦੇ ਹੱਕ 'ਚ ਹੋਊਗੀ, ਉਹ ਕਹਿੰਦਾ ਵੀ ਨਹੀਂ ਹੋਈ ਨਹੀਂ ਗੀ, ਹਜੇ ਤਰੀਕ ਤਾਂ ਹੈਗੀ 18/3। ਅਸੀਂ ਜਾ ਕੇ ਜਿਹੜੇ ਮੁੰਡੇ ਲਾਈ ਜਾਂਦੇ ਸੀ ਅਸੀਂ ਰੋਕਿਆ ਉਹਨਾਂ ਨੂੰ ਵੀ ਜੇ ਤੁਹਾਡੇ ਕੋਲ ਔਡਰ ਹੀ ਨਹੀਂ ਕਿ ਤੁਸੀਂ ਕਿਉਂ ਲਾਈ ਉਹਨੂੰ ਟ੍ਰਾਂਸਫਰਮ। ਇੰਨੇ 'ਚ ਮੇਰੇ ਤਿੰਨੇ ਚਾਚੇ ਤਾਂ ਇੱਕ ਮੁੰਡਾ ਸੀ ਉਹਨਾਂ ਦਾ ਜੀ, ਉਹਨਾਂ ਮੇਰੇ ਡੈਡੀ ਨੂੰ ਧੱਕੇ ਧੁੱਕੇ ਮਾਰੇ, ਇੱਕ ਨੇ ਕਹੀ ਚੱਕ ਲਿਆ, ਡੰਬਾ ਚੱਕ ਲਿਆ ਜੀ, ਧੱਕੇ ਧੁੱਕੇ ਮਾਰ ਕੇ ਵੱਟ 'ਤੇ ਸੁੱਟਤਾ ਜੀ। ਉਦੋਂ ਬਾਅਦ ਬੇਹੋਸ਼ ਹੋ ਗਏ, ਅਸੀਂ ਇੱਥੇ ਰਹੇ, ਇੱਥੇ ਇੱਕ ਡੈਥ ਹੋ ਗਈ ਜੀ, ਸਿਵਲ ਹੋਸਪਿਟਲ ਬਠਿੰਡਾ ਜੀ। ਸੱਟਾਂ ਨਹੀਂ ਵੱਜੀਆਂ, ਬਸ ਧੱਕੇ ਦਿੱਤੇ ਜੀ ਉਹਨਾਂ ਨੇ ਜੀ, ਅੰਦਰੂਨੀ ਸੱਟ ਵੱਜੀ ਹੋਈ, ਉਹ ਤੋਂ ਬਾਅਦ ਪਤਾ ਲੱਗੂ ਜੀ ਪੋਸਟਮਾਰਟਮ ਤੋਂ ਬਾਅਦ। ਹਾਂਜੀ, ਮੈਂ ਡਾਕਟਰ ਗੁਰਜੀਵਨ ਸਿੰਘ, EMO ਸਿਵਲ ਹੋਸਪਿਟਲ ਬਠਿੰਡਾ ਦਾ। ਅਤੇ ਇੱਕ ਹੁਣ ਪੇਸ਼ੈਂਟ ਆਇਆ ਆਪਣਾ ਮਹਿਤੇ ਪਿੰਡ ਤੋਂ, ਕੋਈ ਦੱਸ ਰਹੇ ਨੇ ਮਤਲਬ ਕਿ ਜਿਵੇਂ ਇਹਨਾਂ ਦੇ ਰੈਲੇਟਿਵ ਦਾ ਉਹ ਹੈ, ਇਹਨਾਂ ਦੇ ਬੇਟੇ ਨਾਲ ਵੀ ਲੜਾਈ ਝਗੜੇ ਦਾ ਕੇਸ ਹੈ, ਪਰ ਆਪਣੇ ਕੋਲ ਬਰੋਡ ਡੈਡੀ ਆਏ ਨੇ, ਮਤਲਬ ਆਲਰੇਡੀ ਡੈਡ ਸੀ ਤੋਂ ਲੈ ਕੇ ਆਏ ਨੇ, ਮ੍ਰਿਤਕ ਸੀਗੇ। ਬਾਕੀ ਪੋਸਟਮਾਰਟਮ ਹੋਊਗਾ ਇਹਨਾਂ ਦਾ, ਉਸ ਤੋਂ ਬਾਅਦ ਪਤਾ ਚੱਲੇਗਾ ਵੀ ਕੀ ਕਾਰਨ ਹੈ, ਕੀ ਹੋ ਗਿਆ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।